ਜਿਹੜੇ ਆਪ ਜਿਹੜੇ ਨੇ ਉਹ ਕਿਸੇ ਨੂੰ ਕਿਵੇਂ ਖੁਸ਼ਬੂ ਦੇ ਸਕਦੇ ਆ। ਇੱਕ ਫਕੀਰ ਤੁਰਿਆ ਜਾਂਦਾ ਪੈਰ ਚ ਰੂੜਾ ਇੱਟਾ ਵੱਜ ਗਿਆ ਪੱਥਰ, ਉਹ ਪੈਰ ਉਹ ਪਾੜ ਗਿਆ ਤੇ ਕਹਿੰਦਾ ਰੱਬਾ ਤੇਰਾ ਸ਼ੁਕਰ ਹੈ। ਇਹ ਫੁੱਲ ਹੈ ਜਿਹੜੇ ਇਸ ਸਮੇਂ ਵੀ ਮਾਫ ਕਰਨਾ ਸੁੱਖ ਵੇਲੇ ਸਾਰੇ ਸ਼ੁਕਰਾਨਾ ਕਰਦੇ ਆ, ਗੱਲ ਉਦਣ ਬਣਦੀ ਹੈ ਜਦੋਂ ਕੋਈ ਦੁੱਖ ਆ ਕੇ ਵੀ ਆਉਂਦਾ ਵੀ ਤੇਰਾ ਭਲਾ ਤੇਰਾ ਸ਼ੁਕਰ ਤੂੰ ਬੜੀ ਬਖਸ਼ਿਸ਼ ਕੀਤੀ। ਫਕੀਰ ਤੁਰਿਆ ਜਾਂਦਾ ਹੈ ਪੈਰਾਂ ਚ ਪੱਥਰ ਵੱਧਾ ਨਾਲ ਚੇਲੇ ਸਨ ਕਹਿੰਦਾ ਰੱਬਾ ਤੇਰਾ ਸ਼ੁਕਰ। ਨਾਲਦਿਆਂ ਨੇ ਅੱਖਾਂ ਕੱਢੀਆਂ ਫਕੀਰ ਜੀ ਪੈਰ ਲਹੂ ਲਵਾਣ ਤੁਹਾਡਾ ਹੋ ਗਿਆ ਪੈਰ ਪਾੜ ਕੇ ਸ਼ੁਕਰ। ਅੱਗੇ ਚਲੇ ਜਾਂਦੇ ਉਸੇ ਪੈਰ ਚ ਕੰਡਾ ਵੱਜ ਗਿਆ ਉਸੇ ਪੈਰ ਚ ਬੜਾ ਮੋਟਾ ਕੰਡਾ ਤੇ ਉਹ ਕੰਡਾ ਜਦੋਂ ਚੇਲਿਆਂ ਤੋਂ ਕਢਵਾਇਆ ਵੀ ਪੁੱਤਰ ਕੰਡਾ ਵੱਜ ਗਿਆ ਕੱਢੋ ਪੈਰ ਚੋਂ ਖੂਨ ਅੱਗੇ ਵਗਦਾ ਸੀ ਉੱਥੇ ਕੰਡਾ ਵੱਜ ਗਿਆ ਉਹ ਉੱਥੇ ਫਿਰ ਫਕੀਰ ਕਹਿੰਦਾ ਰੱਬਾ ਤੇਰਾ ਸ਼ੁਕਰ। ਫਕੀਰ ਕਹਿੰਦੇ ਫਕੀਰ ਜੀ ਸ਼ੁਕਰ ਦਾ ਵੀ ਕੋਈ ਟਾਈਮ ਹੁੰਦਾ ਹੈ ਅੱਗੇ ਪੈਰ ਪਾਟਾ ਉਸੇ ਚ ਕੰਡਾ ਵੱਜ ਗਿਆ ਸ਼ੁਕਰ। ਅੱਗੇ ਗਏ ਉਹਨਾਂ ਨੂੰ ਰਾਤ ਪੈ ਗਈ ਉਹਨਾਂ ਨੇ ਕਿਸੇ ਘਰੇ ਰਹਿਣਾ ਪੁੱਛਿਆ ਕਹਿਣ ਲੱਗੇ ਭਾਈ ਰਾਤ ਸਾਨੂੰ ਰਹਿਣ ਦੀ ਕੋਈ ਜਗ੍ਹਾ ਦੇ ਦਿਓ। ਉਹ ਕਹਿੰਦੇ ਨਹੀਂ ਉਹ ਫਕੀਰ ਕਹਿੰਦਾ ਰੱਬਾ ਤੇਰਾ ਸ਼ੁਕਰ। ਕਹਿੰਦੇ ਉਹ ਬਾਬਾ ਰਾਤ ਅੱਧੀ ਪੈ ਗਈ ਠੰਡ ਬੜੀ ਹੈ ਉਹ ਘਰ ਕੋਈ ਲੱਭਦਾ ਨੀ ਦਸ ਘਰ ਵੇਖ ਲੇ ਮਿਲਦਾ ਕੋਈ ਨੀ ਕਹਿੰਦਾ ਸ਼ੁਕਰ ਹੈ ਗਿਆਰਵੇਂ ਘਰ ਗਏ ਉਹ ਕਹਿਣ ਲੱਗਾ ਵੀ ਰਹਿ ਸਕਦੇ ਹੋ ਇੱਕ ਕਮਰਾ ਹੈ ਮੇਰੇ ਕੋਲੇ। ਉਹਨਾਂ ਨੇ 11-12 ਰਾਤ ਦੇ ਵੱਜੇ ਉਹ ਕਮਰਾ ਰਹਿਣ ਲਈ ਦੇ ਦਿੱਤਾ। ਫਿਰ ਫਕੀਰ ਕਹਿੰਦਾ ਰੱਬਾ ਤੇਰਾ ਸ਼ੁਕਰ। ਕਹਿੰਦੇ ਹਾਂ ਇੱਥੇ ਠੀਕ ਹੈ ਵੀ ਕਮਰਾ ਮਿਲ ਗਿਆ ਸ਼ੁਕਰ ਹੈ। ਉਹ ਘੰਟਾ ਕੁ ਲੰਘਿਆ ਉਹ ਪਰਿਵਾਰ ਦੇ ਰਿਸ਼ਤੇਦਾਰ ਆ ਗਏ ਉਹ ਆਣ ਕੇ ਕਹਿਣ ਲੱਗ ਪਏ ਭਾਈ ਸਾਹਿਬ ਜੀ ਕਮਰਾ ਇੱਕ ਹੀ ਤੁਸੀਂ ਹੁਣ ਗਾਹ ਚਲੋ ਸਾਡੇ ਰਿਸ਼ਤੇਦਾਰ ਆ ਗਏ ਨੇ। ਅੱਧੀ ਰਾਤ ਨੂੰ ਉੱਥੋਂ ਆਪਣਾ ਸਮਾਨ ਚੁੱਕਣ ਲੱਗਿਆ ਫਕੀਰ ਫਿਰ ਕਹਿੰਦਾ ਰੱਬਾ ਤੇਰਾ ਸ਼ੁਕਰ। ਬਾਹਰ ਨਿਕਲ ਕੇ ਕਹਿੰਦਾ ਉਹ ਫਕੀਰ ਦੇ ਚੇਲੇ ਜਿਹੜੇ ਗੁੱਸੇ ਹੋ ਗਏ ਕਹਿਣ ਲੱਗੇ ਅੱਧੀ ਰਾਤ ਠੰਡ ਦੇ ਦਿਨ ਚ ਧੱਕੇ ਮਾਰ ਕੇ ਉਹਨਾਂ ਨੇ ਘਰੋਂ ਕੱਢ ਦਿੱਤਾ ਫਿਰ ਵੀ ਕਹਿੰਦੇ ਹੋ ਰੱਬਾ ਤੇਰਾ ਸ਼ੁਕਰ। ਉਹ ਫਕੀਰ ਕਹਿੰਦਾ ਹੁਣ ਰਾਤ ਦੇ 2 ਵੱਜ ਗਏ ਹੁਣ ਨਹੀਂ ਕਿਸੇ ਦੇ ਘਰੇ ਜਾਣਾ ਹੁਣ ਆਪਾਂ ਅਗਲੇ ਸਫ਼ਰ ਤੇ ਚੱਲਦੇ ਹਾਂ। ਜਦੋਂ 10 ਵਜਦੇ ਨੂੰ ਅਗਲੇ ਪਿੰਡ ਪਹੁੰਚੇ ਨਾ ਉਹਨਾਂ ਨੂੰ ਖਬਰ ਮਿਲ ਗਈ ਕਹਿਣ ਲੱਗੇ ਵੀ ਪਿਛਲੇ ਪਿੰਡ ਤੇ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਤਾੜਵੀਆਂ ਨੇ ਹਮਲਾ ਕਰ ਦਿੱਤਾ ਉਹ ਸਾਰੇ ਪਿੰਡ ਨੂੰ ਲੁੱਟ ਕੇ ਲੈ ਗਏ ਬਹੁਤਿਆਂ ਨੂੰ ਮਾਰ ਗਏ ਤੇ ਬਹੁਤੇ ਜ਼ਖਮੀ ਹੋ ਗਏ। ਉੱਥੇ ਫਕੀਰ ਫਿਰ ਕਹਿੰਦਾ ਰੱਬਾ ਤੇਰਾ ਸ਼ੁਕਰ। ਅੱਜ ਚੇਲੇ ਕਹਿੰਦੇ ਫਕੀਰ ਤੂੰ ਸੱਚ ਕਹਿੰਦਾ ਸੱਜ ਆਪਾਂ ਵੀ ਉੱਥੇ ਹੁੰਦੇ ਆ ਮਾਰਨਾ ਕੁੱਟਣਾ ਉਹਨਾਂ ਨੇ ਆਪਾਂ ਨੂੰ ਵੀ ਸੀ ਅਸੀਂ ਉਹਦੇ ਸ਼ੁਕਰ ਚ ਹੀ ਰਹਿਣਾ ਕਿਆ ਫੁੱਲ ਨੇ ਖਿੜੇ ਹੋਏ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਇਹ ਸੰਸਾਰਿਕ ਬਗੀਚੀ ਹੈ। ਕਹਿਣ ਲੱਗਾ ਫਕੀਰ ਕੀ ਫਕੀਰ ਨੂੰ ਚੇਲੇ ਕਹਿੰਦੇ ਹੁਣ ਤੇ ਸ਼ੁਕਰ ਸਾਡੀ ਜਾਨ ਬਚ ਗਈ ਅਸੀਂ ਅੱਗੇ ਆ ਗਏ ਪਰ ਸਾਨੂੰ ਇਹ ਨਹੀਂ ਸਮਝ ਆਈ ਤੁਹਾਡੇ ਪੈਰ ਚ ਪੱਥਰ ਵੱਜਾ ਤੁਸੀਂ ਉਦਣ ਵੀ ਸ਼ੁਕਰ ਕਿਹਾ। ਉਹ ਫਕੀਰ ਕਹਿੰਦਾ ਭਲਿਆ ਪੱਥਰ ਹੀ ਵੱਜਾ ਸੀ ਖੂਨ ਹੀ ਨਿਕਲਿਆ ਸੀ ਉਹ ਪੈਰ ਵੱਢ ਵੀ ਸਕਦਾ ਸੀ ਉਹਦਾ ਸ਼ੁਕਰ ਕੀਤਾ ਤੂੰ ਪੈਰ ਨੂੰ ਵੱਢਿਆ ਨਹੀਂ ਸਿਰਫ ਪੱਥਰ ਹੀ ਮਾਰਿਆ ਪੈਰ ਦੇ ਅੰਦਰ। ਉਹ ਕਹਿੰਦੇ ਅੱਗੇ ਸੂਲ ਵੱਜੀ ਫਿਰ ਵੀ ਤੂੰ ਸ਼ੁਕਰ ਤੇਰੇ ਦਰਦ ਹੋਇਆ। ਉਹ ਕਹਿਣ ਲੱਗਾ ਉਹ ਫਕੀਰ ਕਹਿੰਦਾ ਭਲਿਆ ਸੂਲ ਹੀ ਵੱਜੀ ਸੀ ਉਹ ਸੂਲੀ ਤੇ ਵੀ ਚੜਾ ਸਕਦਾ ਸੀ ਸੂਲੀ ਤੇ ਚੜ੍ਹਨ ਤੋਂ ਬਚਾ ਕੇ ਉਹਨੇ ਸੂਲ ਮਾਰ ਦਿੱਤੀ ਤਾਂ ਵੀ ਉਹਦਾ ਸ਼ੁਕਰ ਉਹਦਾ ਸ਼ੁਕਰ ਹੈ ਨਾ। ਇਹ ਖਿੜੇ ਹੋਏ ਫੁੱਲ ਨੇ ਗੁਰਮੁਖੋ ਇਹ ਵਾੜੀ ਖਿੜੀ ਹੋਈ ਹੈ ਜੇ ਖਿੜੀ ਦੇ ਵਿੱਚੋਂ ਮਾਫ਼ ਕਰਨਾ ਗੁਰਮੁਖੋ ਜੇ ਆਨੰਦ ਲੈਣੇ ਦੂਸਰੇ ਦੀਆਂ ਕਮਜ਼ੋਰੀਆਂ ਵੇਖਣੀਆਂ ਬੰਦ ਕਰ ਦਿਓ ਦੂਸਰੇ ਦੇ ਔਗਣ ਵੇਖਣੇ ਬੰਦ ਕਰ ਦਿਓ ਜੇ ਆਪ ਆਨੰਦ 'ਚ ਰਹਿਣਾ ਤੁਸੀਂ ਰਹਿ ਸਕਦੇ ਹੋ ਆਨੰਦ 'ਚ ਪਰ ਜਦੋਂ ਦੂਸਰੇ ਵੱਲ ਵੇਖੋ ਤੁਹਾਡਾ ਆਨੰਦ ਕਿਉਂ ਖਰਾਬ ਹੋ ਜਾਂਦਾ ਹੈ। ਅਸੀਂ ਦੂਸਰੇ ਦੀਆਂ ਕਮੀਆਂ ਅੱਖ ਹੈ ਨਾ ਅੱਖ ਗੁਰਮੁਖੋ ਸਾਡੀ ਜਿਹੜੀ ਅੱਖ ਹੈ ਦੂਰ ਤੱਕ ਵੇਖ ਲੈਂਦੀ ਹੈ ਕੀ ਕੁਝ ਹੋ ਰਿਹਾ ਹੈ ਅੱਖ ਆਪਣੇ ਚ ਪਿਆ ਕਚਰਾ ਨਹੀਂ ਜੇ ਵੇਖ ਸਕਦੀ ਸਾਡੇ ਤੋਂ ਦੂਸਰੇ ਤੋਂ ਕਢਾਉਣਾ ਪੈਂਦਾ ਹੈ। ਸਤਿਗੁਰੂ ਕਹਿੰਦੇ ਬਾਹਰ ਨਾ ਵੇਖ ਆਪਣੇ ਅੰਦਰਲਾ ਕਚਰਾ ਵੇਖ ਬਾਹਰਲੀ ਅੱਖ ਤੋਂ ਔਗਣ ਦੂਸਰਿਆਂ ਦੇ ਵੇਖ ਲੈਣਾ ਅੰਦਰ ਨਹੀਂ ਤੂੰ ਝਾਤ ਮਾਰਦਾ ਉਹ ਕਚਰਾ ਤੈਨੂੰ ਦੂਸਰੇ ਤੋਂ। ਇੱਕ ਮਨੁੱਖ ਨੇ ਨਾ ਪੇਂਟਿੰਗ ਬਣਾਈ ਇੱਕ ਉਹਨੇ ਪਿੰਡ ਦੇ ਚੁਰਾਹੇ ਚ ਟੰਗ ਦਿੱਤੀ
ਉਹਨੇ ਉੱਤੇ ਲਿਖ ਦਿੱਤਾ, ਕਹਿਣ ਲੱਗਾ ਇਸ ਪੇਂਟਿੰਗ 'ਚ ਜਿਹੜੀ ਕਿਸੇ ਨੂੰ ਕਮੀ ਦਿਸਦੀ ਹੈ ਉਹ ਮੈਨੂੰ ਟਿੱਕ ਮਾਰ ਕਰਕੇ ਦੱਸਿਓ। ਉਹ ਆਪਣੇ ਕੰਮ ਤੇ ਉਹਨੇ ਜਾਣਾ ਸੀ, ਸਵੇਰੇ ਟੰਗ ਗਿਆ, ਸ਼ਾਮ ਨੂੰ ਆਇਆ ਤੇ ਜਦੋਂ ਉਹਨੇ ਵੇਖਿਆ ਥੱਲਿਓਂ ਪੇਂਟਿੰਗ ਤੇ ਨਜ਼ਰ ਹੀ ਨਹੀਂ ਆਈ, ਉੱਥੇ ਗੋਲ ਚੱਕਰ ਹੀ ਨਜ਼ਰ ਆਏ, ਲੋਕਾਂ ਨੇ ਇਹਦੀ ਵੀ ਕਮੀ, ਆਹ ਵੀ ਕਮੀ, ਆਹ ਵੀ ਕਮੀ। ਕਹਿੰਦਾ ਕਮਾਲ ਦੀ ਗੱਲ ਹੈ, ਇੰਨੀਆਂ ਕਮੀਆਂ ਥੱਲੇ ਅਸਲੀ ਤਸਵੀਰ ਤੇ ਛੁਪਾ ਹੀ ਦਿੱਤੀ ਲੋਕਾਂ ਨੇ, ਉਹ ਗੋਲ ਚੱਕਰ ਮਾਰ ਮਾਰ ਕੇ ਇੱਥੇ। ਉਹਨੇ ਅਗਲੇ ਦਿਨ ਉਸੇ ਤਸਵੀਰ ਦੀ ਕਾਪੀ ਜਿਹੜੀ ਹੈ ਉਹ ਉੱਥੇ ਟੰਗ ਦਿੱਤੀ, ਕਹਿਣ ਲੱਗਾ ਵੀ ਹੁਣ ਕਮੀਆਂ ਨੂੰ ਸੁਧਾਰ ਦਿਓ। ਉਹਨੇ ਉਸੇ ਉਹੀ ਕਾਪੀ ਉਹਦੀ ਜਿਹੜੀ ਫੋਟੋ ਸਟੇਟ ਹੈ ਉਹ ਅਗਲੇ ਦਿਨ ਉੱਥੇ ਟੰਗ ਦਿੱਤੀ, ਕਹਿੰਦੇ ਇਹਨੂੰ ਸੁਧਾਰੋ। ਇੱਕ ਵੀ ਉੱਤੇ ਗੁਰਮੁਖ ਪਿਆਰੋ ਕਿਸੇ ਨੇ ਨਹੀਂ ਸੁਧਾਰਿਆ, ਦੂਸਰੇ ਦੀਆਂ ਕਮੀਆਂ ਲੱਭ ਕੇ ਉਹਦੀ ਦੀ ਤਸਵੀਰ ਵੀ ਖਰਾਬ ਕਰ ਦਿੰਦੇ ਆ। ਜਦੋਂ ਕਿਸੇ ਦੇ ਗੁਣ ਨੂੰ ਵੇਖਣ ਆਉਂਦੇ ਉਦੋਂ ਤੇਰੇ ਕੋਲ ਅੱਖ ਹੀ ਨਹੀਂ ਰਹਿੰਦੀ ਹੈ। ਕਹਿਣ ਦਾ ਭਾਵ ਹੈ ਦੂਸਰੇ ਦੀਆਂ ਕਮੀਆਂ ਵੇਖਣ ਨਾਲੋਂ ਆਪਣੇ ਅੰਦਰਲੇ ਆਨੰਦ ਨੂੰ ਲੱਭ ਬੰਦਿਆ। ਤੂੰ ਆਪ ਖੇਡ ਅੰਦਰੋਂ ਆਨੰਦ ਚ ਰਹਿ, ਸੰਸਾਰ ਤਾਂ ਖੇਡੇਗਾ ਜਦੋਂ ਤੂੰ ਆਪ ਨੂੰ ਜੁੜਦਾ ਦੂਸਰਿਆਂ ਵੱਲ ਵੇਖਦਾ। ਫਿਰ ਸਾਰੇ ਆਪਾਂ ਹੈ ਤੇ ਇੱਕੋ ਜਿਹੀਆਂ, ਸ਼ੁਰੂਆਤ ਆਪਣੇ